ਸਲਾਮ ਅਲੈਕੁਮ ਨਾਜ਼ਰੀਨ, ਮੈਂ ਹੂੰ ਸ਼ਾਹਪੁਰ ਕਾਂਜਰਾ ਲਾਹੌਰ ਦੀ ਮੰਡੀ ਵਿੱਚ ਮੌਜੂਦ ਹਾਂ। ਇਹ ਤੁਸੀਂ ਦੇਖ ਰਹੇ ਹੋ ਕਿ ਇਹ ਜਨਾਬ ਇੱਕ ਬੜੀ ਅਨੋਖੀ ਨਸਲ ਦਾ ਜਾਨਵਰ ਹੈ ਅਤੇ ਅਸੀਂ ਇਹਦੇ ਮਾਲਕ ਦੇ ਨਾਲ ਗੱਲ ਕਰਨੇ ਹਾਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਨਾਂ ਹੈ ਜੀ ਤੁਹਾਡਾ? ਮੁਹੰਮਦ ਅਜ਼ੀਮ। ਮੁਹੰਮਦ ਅਜ਼ੀਮ ਸਾਹਿਬ ਕਿੱਥੋਂ ਆਏ ਹੋ? ਡੇਰਾ ਗਾਜ਼ੀ ਖਾਨ ਤੋਂ। ਅੱਛਾ, ਜਿਹੜੇ ਬੱਕਰੇ ਨੇ ਤੁਹਾਡੇ, ਕਿਹੜੀ ਨਸਲ ਦੇ ਬੱਕਰੇ ਨੇ? ਪਹਾੜੀ ਨਸਲ ਦੇ। ਪਹਾੜੀ ਨਸਲ ਦੇ ਬੱਕਰੇ ਨੇ। ਇਹ ਜਿਹੜਾ ਬੱਕਰਾ ਹੈ ਇਹ ਕਿੰਨੀ ਉਮਰ ਦਾ ਹੈ? ਇਹਦੇ ਦੰਦ ਖਾਣਾ ਡੇਢ ਸਾਲ ਦਾ। ਇਹ ਕਿੰਨੀ ਉਮਰ ਦਾ ਜਨਾਬ? ਡੇਢ ਸਾਲ ਦਾ। ਡੇਢ ਸਾਲ ਦਾ ਬੱਕਰਾ। ਔਰ ਇਹਦੀ ਇਹਦਾ ਵਜ਼ਨ ਕਿੰਨਾ ਜੀ? 30 ਕਿਲੋ ਦੇ ਕਰੀਬ। ਅੱਛਾ, ਇਹ ਤੁਸੀਂ ਕਿੰਨੇ ਦਾ ਦੇ ਰਹੇ ਹੋ? ਤੁਸੀਂ 35,000 ਦਾ ਦੇ ਰਹੇ ਹੋ? ਇੱਥੇ ਤੁਸੀਂ ਖੁਦ ਪਾਲੇ ਨੇ ਜਾਂ ਤੁਸੀਂ ਮੁੱਲ ਲੈ ਕੇ ਆਏ ਹੋ? ਹਾਂਜੀ, ਤੁਸੀਂ 35, ਤੁਸੀਂ ਇਹਦਾ ਮੰਗਿਆ ਹੈ। ਤੁਸੀਂ 35 ਵਿੱਚ ਦਿਓਗੇ ਜਾਂ ਇਹਦੇ ਨਾਲ ਕੋਈ ਕਮੀ ਪੇਸ਼ੀ ਕਰ ਲਓਗੇ? ਤਕਰੀਬਨ ਕੀ ਕੁਝ ਥੋੜ੍ਹਾ ਜਿਹਾ ਰੇਟ ਦਾ? ਰੇਟ ਇਸ ਦਾ ਹਿਸਾਬ ਹੋਏਗਾ 30,000। ਮਾਸ਼ਾਅੱਲਾ, ਬੱਕਰਾ ਤੁਹਾਡਾ ਬਹੁਤ ਸੋਹਣਾ ਹੈ। ਵੈਸੇ ਇਹ ਪਹਾੜੀ ਨਕਲ ਦੇ ਨਸਲ ਦੇ ਬੱਕਰੇ ਜਿਹੜਾ ਮੰਡੀ ਦੇ ਵਿੱਚ ਬਹੁਤ ਕੰਮ ਦੇਖੇ ਨੇ। ਕਿਉਂਕਿ ਦੇਖੋ ਇਹਦੇ ਸਿੰਘ ਜਿਹੜੇ ਨੇ ਕਾਫੀ ਬੜੇ ਨੇ। ਉਹ ਬਹੁਤ ਜ਼ਬਰਦਸਤ, ਬਹੁਤ ਸੋਹਣਾ ਜਾਨਵਰ ਹੈ, ਬਹੁਤ ਅੱਛਾ ਹੈ। ਇਹਨੂੰ ਖਾਣ ਦੇ ਵਿੱਚ ਜ਼ਿਆਦਾ ਕੀ, ਪਹਾੜੀ ਨਸਲ ਦਾ ਜਿਹੜਾ ਹੁੰਦਾ ਇਹਨੂੰ ਖਾਣ ਵਿੱਚ ਕੀ ਪਸੰਦ ਕਰਦੇ ਨੇ ਜ਼ਿਆਦਾ? ਨਹੀਂ ਹੁੰਦਾ ਨਾ ਕਿ ਪਹਾੜੀ ਨਸਲ ਦਾ ਜਿਹੜਾ ਹੁੰਦਾ ਇਹ ਕੋਈ ਹੋਰ ਚੀਜ਼ ਪਸੰਦ ਕਰਦੇ ਨੇ? ਇਹਦਾ ਮੂੰਹ ਉੱਤੇ ਕਰਨਾ ਥੋੜ੍ਹਾ ਜਿਹਾ। ਅੱਛਾ, ਪਹਾੜੀ ਨਸਲ ਦੇ ਵਿੱਚ ਵੀ ਹੋਰ ਨਸਲਾਂ ਨੇ, ਕਿਉਂਕਿ ਇੱਕ ਕੋਈ ਛੋਟੇ ਕੰਨ ਵਾਲੇ ਹੁੰਦੇ ਨੇ ਨਾ ਪਹਾੜੀ ਨਸਲ ਦੇ, ਇਹ ਤਾਂ ਕਾਫੀ ਵੱਡੇ ਕੰਨ ਵਾਲਾ ਨਾ, ਇਹਦੇ ਕੰਨ ਵੀ ਕਾਫੀ ਵੱਡੇ ਨੇ ਔਰ ਇਹਦੇ ਸਿੰਘ ਵੀ ਕਾਫੀ ਵੱਡੇ ਨੇ। ਦੇਖੋ ਕਾਫੀ ਜ਼ਿਆਦਾ, ਤਕਰੀਬਨ 1.5 ਫੁੱਟ ਲੰਬੇ ਇਹਦੇ ਕੰਨ ਨੇ ਔਰ ਤਕਰੀਬਨ 1 ਫੁੱਟ ਲੰਬੇ ਇਹਦੇ ਸਿੰਘ ਨੇ। ਔਰ ਵਾਕਈ ਜਾਨਵਰ ਜਿਹੜਾ ਨਾ ਉਹ ਦੇਖਣ ਵਾਸਤੇ ਵੀ ਖੂਬਸੂਰਤ ਵੀ ਹੈ ਔਰ ਅਨੋਖਾ ਵੀ ਹੈ, ਬਹੁਤ ਜ਼ਬਰਦਸਤ ਜਾਨਵਰ ਹੈ। ਤੁਸੀਂ ਕਿੰਨੇ ਜਾਨਵਰ ਲੈ ਕੇ ਆਏ ਹੋ? ਅਸੀਂ ਰੋਜ਼ਾਨਾ ਲੈ ਆਏ ਸਰ ਮਾਲ। ਅੱਛਾ, ਡੇਲੀ ਮਾਲ ਲੈ ਕੇ ਆਉਂਦੇ ਹੋ ਤੋ ਡੇਲੀ ਸੇਲ ਹੋ ਜਾਂਦਾ, ਵਿਕ ਜਾਂਦਾ? ਅੱਛਾ ਅੱਛਾ, ਸਹੀ ਸਹੀ, ਮਾਸ਼ਾਅੱਲਾ ਮਾਸ਼ਾਅੱਲਾ, ਇਹ ਬਹੁਤ ਅੱਛੇ ਜਾਨਵਰ ਨੇ, ਬਹੁਤ ਜ਼ਬਰਦਸਤ ਨੇ। ਲੇਕਿਨ ਇਹ ਪਹਾੜੀ ਨਸਲ ਦੇ ਬਹੁਤ ਕੰਮ ਮੰਡੀ ਦੇ ਵਿੱਚ ਜਾਨਵਰ ਦੇਖੇ ਨੇ, ਬਹੁਤ ਹੀ ਕੰਮ ਨੇ। ਪਰ ਇਹ ਵਾਲਾ ਜਾਨਵਰ ਜਿਹੜਾ ਨਾ ਤੇ ਮੈਨੂੰ ਵੀ ਬਹੁਤ ਪਸੰਦ ਲੱਗਿਆ, ਕਹਿੰਦੇ ਨਸਲ ਵੀ ਅੱਛੀ ਹੈ, ਵੀ ਖੂਬਸੂਰਤ ਜਾਨਵਰ ਹੈ।